ਸਨਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਚਾਹਲ ਜੀ ਦੇ ਔਰ DCP ਜਸਕਰਨ ਸਿੰਘ ਤੇਜਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜੀ ਹੈਗੀ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਜਿਹੜੀ ਹੈਗੀ ਹੈ ਇੱਕ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ 5 ਮੈਂਬਰ ਫੜਨ ਵਿੱਚ ਬੜੀ ਵੱਡੀ ਸਫਲਤਾ ਹਾਸਲ ਕੀਤੀ ਹੈ ਔਰ ਇਹਨਾਂ ਦੇ ਖਿਲਾਫ਼ ਅਸੀਂ ਜਿਹੜਾ ਹੈਗਾ 270 ਨੰਬਰ ਮੁਕੱਦਮਾ ਜਿਹੜਾ ਹੈਗਾ ਉਹ ਦਰਜ ਕੀਤਾ ਹੈਗਾ 304 ਸਬਸੈਕਸ਼ਨ 2 BNSS ਦੇ ਅਧੀਨ ਥਾਣਾ ਆਪਣਾ ਹੈਗਾ ਡਿਵੀਜ਼ਨ ਨੰਬਰ 7 ਔਰ ਇਹਦੇ ਵਿੱਚ ਜਿਹੜੇ ਅਸੀਂ 5 ਦੋਸ਼ੀ ਫੜੇ ਨੇ ਇਹਦੇ ਵਿੱਚੋਂ ਇੱਕ ਹੈਰਾਨੀ ਕਰਨ ਵਾਲੀ ਹੈ ਕਿ 2 ਇਹਨਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ ਫੀਮੇਲਸ ਵੀ ਹੈਗੀਆਂ ਨੇ ਜਿਹੜੀਆਂ ਇਸ ਗਰੋਹ ਦੀਆਂ ਮੈਂਬਰ ਸੀਗੀਆਂ। ਫੜੇ ਗਏ ਵਿਅਕਤੀ ਜਿਹੜੇ ਹੈਗੇ ਨੇ ਬਿਕਰਮਜੀਤ ਸਿੰਘ ਉਰਫ ਸੋਨੂੰ ਹੈਗਾ ਜਿਹੜਾ ਕਿ ਰਹਿਣ ਵਾਲਾ ਅੰਮ੍ਰਿਤਸਰ ਦਾ ਹੈਗਾ ਪਰ ਫਿਲਹਾਲ ਜਿਹੜਾ ਸੀਗਾ ਇਹ ਆਪਣੇ ਚੀਮਾ ਚੌਂਕ ਲੁਧਿਆਣੇ ਆ ਕੇ ਰਹਿ ਰਿਹਾ ਸੀਗਾ। ਇਸ ਤੋਂ ਇਲਾਵਾ ਇਹਦੇ ਨਾਲ ਅਮਿਤ ਚੌਹਾਨ ਔਰ ਜਿਹੜਾ ਬਾਬਾ ਜੀਵਨ ਸਿੰਘ ਨਗਰ ਤਾਜਪੁਰ ਰੋਡ ਲੁਧਿਆਣੇ ਦਾ ਹੈਗਾ ਤਾਂ ਨਿਖਿਲ ਕੁਮਾਰ ਹੈਗਾ ਜਿਹੜਾ ਟਿੱਬੇ ਰੋਡ ਦਾ ਰਹਿਣ ਵਾਲਾ ਹੈਗਾ। ਸੋ ਇਸ ਤਰ੍ਹਾਂ ਇਹਨਾਂ ਨੇ ਗੈਂਗ ਬਣਾਇਆ ਸੀਗਾ ਰਾਤ ਨੂੰ ਜਿਹੜੇ ਲੁੱਟਾਂ ਖੋਹਾਂ ਖਾਧੇ ਸੀਗੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਅਸੀਂ ਜਿਹੜੀਆਂ ਹੈਗੀਆਂ 3 ਐਕਟਿਵਾ ਜਿਹੜੀਆਂ ਹੈਗੀਆਂ ਬਿਨਾਂ ਨੰਬਰੀ 2 ਮੋਟਰਸਾਈਕਲ ਔਰ 6 ਮੋਬਾਈਲ ਜਿਹੜੇ ਹੈਗੇ ਨੇ ਬਰਾਮਦ ਕੀਤੇ ਆ। ਔਰ ਇਸ ਤੋਂ ਇਲਾਵਾ ਜਿਹੜੇ ਵਾਰਦਾਤੇ ਕਰਦੇ ਸੀਗੇ ਦਾਤਰ ਵਰਤਦੇ ਸੀਗੇ ਉਹ ਵੀ ਇਹਨਾਂ ਦੇ ਕੋਲੋਂ 2 ਦਾਤਰ ਜਿਹੜੇ ਆ ਬਰਾਮਦ ਕੀਤੇ ਆ। ਸੋ ਇਸ ਤਰੀਕੇ ਨਾਲ ਜਿਹੜੇ ਅਸੀਂ ਹੈਗੇ ਆ ਜ਼ੋਨ 4 ਦੇ ਵਿੱਚ ਜਿਹੜੇ ਕਾਫੀ ਜਿਹੜਾ ਟਿੱਬਾ ਥਾਣੇ ਦੇ ਵਿੱਚ ਦੈਨ ਆਪਣੇ 7 ਨੰਬਰ ਔਰ ਮੋਤੀ ਨਗਰ ਏਰੀਆ ਫੋਕਲ ਪੁਆਇੰਟ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਉਹਨਾਂ ਦਾ ਗੈਂਗ ਜਿਹੜਾ ਟਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਆ ਸਫਲਤਾ ਹਾਸਲ ਕੀਤੀ ਆ। ਔਰ ਇਹਦੇ ਵਿੱਚ ਅਸੀਂ ਜਿਹੜੀਆਂ ਹੈਗੀਆਂ ਫਿਰ 3 ਐਕਟਿਵਾ 2 ਮੋਟਰਸਾਈਕਲ ਔਰ 6 ਮੋਬਾਈਲ ਜਿਹੜੇ ਖੋਹ ਕੀਤੇ ਗਏ ਸੀਗੇ ਇਸ ਗੈਂਗ ਵੱਲੋਂ ਉਹ ਜਿਹੜੇ ਆ ਗ੍ਰਿਫਤਾਰ ਕਰਕੇ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਸਰ ਕੁਛ ਕੀ ਦੇ ਦੌਰਾਨ ਪਤਾ ਲੱਗਿਆ ਵੀ ਇਹਨਾਂ ਨੇ ਕਿਹੜੀ ਕਿਹੜੀ ਥਾਵਾਂ 'ਤੇ ਵਾਰਦਾਤ ਕੀਤੀ ਅਤੇ ਹੁਣ ਤੱਕ ਕਿੰਨੀ ਵਾਰਦਾਤਾਂ ਨੂੰ ਅੰਜਾਮ ਦਿੱਤੀ? ਹੁਣ ਤੱਕ ਮੈਂ ਤੁਹਾਨੂੰ ਦੱਸ ਦਿੰਦਾ 12 ਵਾਰਦਾਤਾਂ ਨੂੰ ਅੰਜਾਮ ਕੀਤਾ ਆ। 12 ਜਿਹੜੀਆਂ ਹੈਗੀਆਂ ਮੈਂ ਏਰੀਆ ਦੱਸ ਦਿੰਦਾ ਕਿਉਂਕਿ ਸਪੈਸੀਫਿਕਲੀ ਮੈਂ ਦੱਸਾਂਗਾ ਤਾਂ ਫਿਰ ਮੇਰੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਪ੍ਰਭਾਵਿਤ ਹੁੰਦੀ ਆ। ਉਹਦੇ ਹੱਲ ਹੈਗਾ ਕਿ ਡਿਵੀਜ਼ਨ ਨੰਬਰ 7 ਦੇ ਏਰੀਏ ਦੇ ਵਿੱਚ ਟਿੱਬੇ ਦੇ ਵਿੱਚ ਮੋਤੀ ਨਗਰ ਅਤੇ ਫੋਕਲ ਪੁਆਇੰਟ ਏਰੀਏ ਦੇ ਵਿੱਚ ਜ਼ਿਆਦਾ ਇਹਨਾਂ ਦੀਆਂ ਜਿਹੜੀਆਂ ਵਾਰਦਾਤਾਂ ਕੀਤੀਆਂ ਸੀ। ਇਹਨਾਂ ਦੀਆਂ ਵਾਰਦਾਤਾਂ ਰਾਤ ਦੇ ਸਮੇਂ ਜ਼ਿਆਦਾ ਹੁੰਦੀਆਂ ਸੀਗੀਆਂ। ਦਾਤਰ ਇਹਨਾਂ ਦੇ ਕੋਲ ਹੁੰਦਾ ਸੀ ਕਈ ਵਾਰੀ ਆਪਣੇ ਜਿਹੜੀ ਲੇਬਰ ਕਲਾਸ ਵਿਅਕਤੀ ਕੋਈ ਵੀ ਜਾਂਦਾ ਉਹਨਾਂ ਦਾਤਰ ਵਿਖਾ ਕੇ ਜਿਹੜੇ ਲੁੱਟਾਂ ਖੋਹਾਂ ਕਰਦੇ ਸੀਗੇ ਇਸ ਤਰੀਕੇ ਦਾ ਇਹਨਾਂ ਦਾ ਜਿਹੜਾ ਸੀਗਾ ਮੋਡਸ ਆਪਰੈਂਡਸ। ਬੇਸਿਕਲੀ ਸਾਰੇ ਲੁਧਿਆਣੇ ਦੇ ਰਹਿਣ ਵਾਲੇ? ਬੇਸਿਕਲੀ ਬਾਕੀ ਚਾਰੇ ਲੁਧਿਆਣੇ ਦੇ ਹੈਗੇ ਨੇ, ਇੱਕ ਬੰਦਾ ਜਿਹੜਾ ਅੰਮ੍ਰਿਤਸਰ ਹੈ ਪਰ ਫਿਲਹਾਲ ਉਹ ਵੀ ਜਿਹੜਾ ਚੀਮਾ ਚੌਕ ਲੁਧਿਆਣੇ ਦਾ ਹੀ ਰਹਿਣ ਵਾਲਾ। ਇਹਨਾਂ ਦੇ ਸਾਰਿਆਂ ਦਾ ਇੱਥੇ ਇਹ ਸੀਗਾ ਗਰੋਹ ਸੀਗਾ। ਸਰ ਇਹਦੀ ਉਮਰ ਕਿੰਨੀ ਕੁ ਹੋਊਗੀ ਸਾਰਿਆਂ ਦੀ? ਜਿਹੜੀ ਇਹਨਾਂ ਦੀ ਉਮਰ ਜਿਹੜੀ ਹੈ ਪੁੱਛਗਿੱਛ ਤੋਂ ਜਿਹੜੀ ਹੈਗੀ ਆ ਉਹ 18 ਤੋਂ 20 ਸਾਲ ਦੇ ਵਿੱਚ ਵਿੱਚ ਹੀ ਹੈਗੀ ਜੀ ਸਾਰਿਆਂ ਦੀ। ਲੁੱਟਾਂ ਕਰਨ ਦਾ ਮੋਟਿਵ ਕੀ ਸੀਗਾ, ਕਿਉਂ ਕਰਦੇ ਸੀ? ਦੇਖੋ ਹਮੇਸ਼ਾ ਜਿਹੜਾ ਕ੍ਰਾਈਮ ਹੁੰਦਾ ਉਹ ਪੈਸੇ ਦੇ ਕਰਕੇ ਹੀ ਹੁੰਦਾ ਜਾਂ ਉਸ ਐਂਕਲ ਤੋਂ ਹੀ ਹੁੰਦਾ ਆ। ਸੋ ਇਹ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਇਹਨਾਂ ਨੂੰ ਜਿਹੜਾ ਸੀਗਾ ਮੋਬਾਈਲ ਲੈਣੇ ਮੋਟਰਸਾਈਕਲ ਐਕਟਿਵਾ ਲੈਣੇ ਇਹਨਾਂ ਦੇ ਲਈ ਸੀ, ਉਸ ਚੀਜ਼ਾਂ ਨੂੰ ਇਹ ਪੈਸੇ ਦੇ ਲਈ ਕਰਦੇ ਸੀ। ਸਰ ਨਸ਼ੇ ਦੇ ਵੀ ਆਦੀ ਨੇ? ਫਿਲਹਾਲ ਤੱਕ ਨਸ਼ੇ ਦੇ ਵਾਲੀ ਜਿਹੜੀ ਗੱਲ ਕੋਈ ਨਹੀਂ ਨਜ਼ਰ ਆਈ, ਪਰ ਫਿਰ ਵੀ ਇਹਨਾਂ ਦਾ ਮੈਡੀਕਲ ਕਰਵਾ ਕੇ ਹੁਣ ਅੱਗੇ ਜਿਹੜੀ ਪ੍ਰੋਸੀਜਰ ਹੈਗਾ ਉਹਨੂੰ ਫੋਲੋ ਕੀਤਾ। ਅਤੇ ਜਿਵੇਂ ਸਰ ਇਹ ਜਿਵੇਂ ਐਕਟਿਵਾ ਵਗੈਰਾ ਚੋਰੀ ਕਰਦੇ ਮੋਬਾਈਲ ਕਿਤੇ ਨਾ ਕਿਤੇ ਤਾਂ ਵੇਚਦੇ ਹੋਣੇ ਆ, ਇਹ ਸਾਰੀਆਂ ਪਾਰਟ ਆਫ ਇਨਵੈਸਟੀਗੇਸ਼ਨਸ ਹੈਗੀਆਂ ਜੀ। ਹੁਣ ਇਹਨਾਂ ਦਾ ਰਿਮਾਂਡ ਲੈ ਕੇ ਇਸੇ ਚੀਜ਼ 'ਤੇ ਪੁੱਛਗਿੱਛ ਕੀਤੀ ਜਾਏਗੀ ਕਿੱਥੋਂ ਚੋਰੀ ਹੋਈ ਹੈ, ਕੀ ਨੰਬਰ ਹੈਗਾ, ਕਿੱਥੇ ਅੱਗੇ ਜਾਣਾ ਸੀਗਾ। ਇਹਨਾਂ ਨੇ ਪਹਿਲੀਆਂ ਜਿਹੜੀਆਂ ਕੀਤੀਆਂ ਵਾਰਦਾਤਾਂ ਮੰਨੀਆਂ ਉਹਨਾਂ ਨੂੰ ਵੀ ਇਨਡੈਪਥ ਜਿਹੜੇ ਹੈਗਾ ਹੋਰ ਕੀਤੇ ਆ। ਜਲਦੀ ਇਹ ਜਿਦਵੇਂ ਜਾਣਕਾਰੀ ਆਏਗੀ ਤੁਹਾਡਾ ਫਿਰ ਸਾਰੇ ਟੋਟਲ 5 ਜਣੇ ਨੇ ਜਾਂ ਇਹਨਾਂ ਦੇ ਨਾਲ ਹੋਰ ਵੀ ਇਹਨਾਂ ਦਾ ਹੋਰ ਵੀ ਕੋਈ ਕਹੇਗਾ? ਫਿਲਹਾਲ ਅਸੀਂ 5 ਫੜੇ ਨੇ, ਇਹਨਾਂ ਦੀ ਪੁੱਛਗਿੱਛ ਦੌਰਾਨ ਇਹਨਾਂ ਦਾ ਲੱਗਦਾ 1-2 ਵਿਅਕਤੀ ਹੋਰ ਵੀ ਇਹਨਾਂ ਦੇ ਨਾਲ ਸ਼ਾਮਿਲ ਤਪੀਸ਼ ਆ, ਉਹਨਾਂ ਨੂੰ ਵੀ ਜਲਦੀ ਫੜਿਆ ਜਾਏਗਾ ਜੀ। ਨਾ ਨਹੀਂ ਮੈਂ ਦੱਸ ਸਕਦਾ ਕਿਉਂਕਿ ਫਿਰ ਉਹ ਥੋੜ੍ਹਾ ਸੁਚੇਤ ਹੋ ਜਾਂਦੇ। ਜਿਹੜੀਆਂ ਫੀਮੇਲਸ ਹੈਗੀਆਂ ਸਰ ਇਹਨਾਂ ਦੇ ਨਾਲ, ਇਹਨਾਂ ਦੇ ਆਪਸੀ ਰਿਸ਼ਤੇਦਾਰੀ ਆ ਜਾਂ ਫਰੈਂਡ ਸਰਕਲ ਆ, ਇਹਨਾਂ ਦੇ ਆਪਸੀ ਦੋਸਤੀ ਕਿਵੇਂ ਬਣੀ, ਇਹਨਾਂ ਦਾ ਗਰੁੱਪ ਕਿਵੇਂ ਬਣਿਆ? ਸਰ ਇਨਡੈਪਥ ਆਪਾਂ ਜ਼ਿਆਦਾ ਨਹੀਂ ਇਹਨਾਂ ਬਾਰੇ ਕੁਛ ਵੀ ਕਮੈਂਟ ਕਰ ਸਕਦੇ, ਬਟ ਇਹ ਹੈਗਾ ਕਿ ਇਹਨਾਂ ਦੇ ਗਰੋਹ ਦੇ ਮੈਂਬਰ ਸੀਗੇ। ਇਹ ਇੱਕ ਤਰੀਕੇ ਦਾ ਆਪਾਂ ਮੈਂਬਰ ਕਹਿ ਸਕਦੇ, ਐਸੋਸੀਏਟਸ ਕਹਿ ਸਕਦੇ ਇਹਨਾਂ ਨੂੰ। ਥੈਂਕ ਯੂ।